اعوذ باللہ من الشیطان الرجیم بسم اللہ الرحمن الرحیم ویڈیو سننا ایا تے ویکھنا ایا نو ساڈی سارے دی طرفوں السلام علیکم تے اے میرا بھائی رزاق سپین تو آئے ہے سپین تے کالا ہوندی ایں گلاں باتاں ہوندی ہن تے ہن گھر آئے سن ਉਹਨਾਂ ਆਖਿਆ ਵੀ ਮੈਂ ਹੁਣ ਪਾਕਿਸਤਾਨ ਆਇਆ ਤੇ ਮੈਂ ਵਾ ਮਿਲ ਕੇ ਜ਼ਰੂਰ ਆਉਣਾ ਤੇ ਇਹ ਉਹਨਾਂ ਦੇ ਛੋਟੇ ਭਾਈ ਨੇ ਜਵੇਦ ਸਾਹਿਬ ਇਹ ਨਾਲ ਆਪਣਾ ਡਰਾਈਵਰ ਵੀ ਨੇ ਇਹਨੇ ਫੌਜ ਦੀ ਵੀ ਨੌਕਰੀ ਕੀਤੀ ਏ ਤੇ ਨਾਲ ਇਫਤਿਹਾਰ ਸਾਹਿਬ ਨੇ ਉਹ ਸਾਡੇ ਆ ਹੀ ਕੰਮ ਕਰਦੇ ਨੇ ਮਾਲੇ ਡੰਗਰਿਆ ਏ ਚਲੋ ਅੱਲਾ ਪਾਕ ਉਹਨਾਂ ਨੂੰ ਸੇਦ ਦੇ ਵੇਖਣ ਵਿੱਚ ਤਿੰਨ ਜਾਬ ਤੱਕ ਬੜੀ ਜਾਨ ਸੀ ਉਹਨਾਂ ਦੀ ਹੁਣ ਕੋਈ ਜਰਾ ਕੋ ਮਸਲਾ ਵਿੱਚ ਬਣਿਆ ਜਰਾ ਕੋ ਅੱਲਾ ਸੇਦ ਅੱਲਾ ਸੇਦ ਤੇ ਇਹ ਨਿਕਾ ਆਪਣਾ ਫਰਾਂਸ ਹੁੰਦਾ ਤੇ ਇਹਨਾਂ ਦਾ ਢੋ ਬਣੇ ਅਸੀਂ ਘਰ ਆਏ ਸਨ ਤੇ ਫਿਰ ਗੱਡੀ ਲੈ ਕੇ ਤੇ ਸਪੈਸ਼ਲ ਪ੍ਰਾਨ ਸ਼ਰੀਫ ਤੋਂ ਆਏ ਨੇ ਮਿਲਣ ਵਾਸਤੇ ਤੇ ਮੈਂ بیا ਦੇਨਾਂ ਦਾ ਮਮਨੂਨ ਆ ਬੜਾ ਸ਼ੁਕਰਗੁਜ਼ਾਰ ਆ ਜਿੰਨਾ ਟਾਈਮ ਕੱਢਿਆ ਵੇਖੋ ਜੀ ਇਸ ਵਕਤ ਵੀ ਟਾਈਮ ਕਿਸੇ ਕੋਈ ਨਾ ਨਹੀਂ ਹੁੰਦਾ ਕਿ ਜਾਨ ਹੁੰਦਾ ਘਰ ਹੀ ਨਹੀਂ ਬੰਦੇ ਦਾ ਪੂਰਾ ਹੁੰਦਾ ਫੇ ਕਿੱਦੜੇ ਜਾਣਾ ਕਿੱਦੜ ਨਹੀਂ ਤੇ ਬੜੀ ਖੁਸ਼ੀ ਹੋਈ ਇਹਨਾਂ ਨੂੰ ਮਿਲ ਕੇ ਤੇ ਉਹ ਇਹਨਾਂ ਨੂੰ ਫਿਰ ਪੁੱਛਦੇ ਕਲਾਮ ਤੇ ਅੱਗੇ ਵੀ ਸੁਣਦੇ ਰਹਿੰਦੇ ਨੇ ਤੇ ਕੁਝ ਕਲਾਮ ਜਿਹੜਾ ਆਰਫੇ ਖੜੀ ਮੀਆਂ ਮੁਹੰਮਦ ਬਖਸ਼ ਦਾ ਉਹਨਾਂ ਦਾ ਕਲਾਮ ਇਸ ਤਰ੍ਹਾਂ ਦਾ ਵੀ ਉਹ ਰੋਜ਼ ਸੁਣੀਏ ਨਾ ਰੋਜ਼ ਪੇ ਸੁਣੀਏ ਤੇ ਦਿਲ ਨਹੀਂ ਪਰਚਦਾ ਆ ਹੋ ਨਾ ਉਹ ਮਹੰਮਦ ਸਾਹਿਬ ਬੰਦਾ ਨਹੀਂ ਉਸਨੇ ਹੋਰ ਸੋਣੇ ਦਿਲ ਕਰਨਾ ਆ ਹੋਰ ਆ ਜਿਹੜਾ ਆਮ ਗਾਣੇ ਨੇ ਇੱਕ ਤੋਂ ਸੁਣੀਏ ਤਾਂ ਅੱਗੇ ਤਾਂ ਛੱਡੋ ਅੱਗੇ ਸੁਣੇ ਆ ਮੀਆਂ ਸਾਹਿਬ ਦਾ ਕਲਾਮ ਜਿਹੜਾ ਉਹ ਜਿੰਨੀ ਵਾਰ ਵੀ ਪੇ ਸੁਣੀਏ ਜਦੋਂ ਵੀ ਪੇ ਸੁਣੀਏ ਉਹ ਅੱਜ ਤਾਜ਼ਾ ਸਦਾ ਬਹਾਰ ਲੱਗਦਾ ਤੇ ਹੁਣ ਪੁੱਛਨੇ ਆ ਭਾਜੀ ਸਾਹਿਬ ਬਰਨੂ ਵੀ ਤੁਸੀਂ ਕੀ ਪਸੰਦ ਕਰਦੇ ਹੋ ਕੀ ਸੁਣਨਾ ਪਸੰਦ ਕਰਦੇ ਹੋ ਤੇ ਉਹ ਅਸੀਂ ਆਦਰ ਜਿਹੜੀ ਤੁਸੀਂ ਪਸੰਦ ਕਰੋ ਪਸੰਦ ਹੀ ਆਣੀ ਪਰ ਇਹ ਦੋ ਸ਼ੇਰ ਜਿਹੜੇ ਨੇ ਕਿ ਕਿਤੇ ਜਿਸ ਘਰ ਵਿੱਚ ਆਮੜ ਜਾਵਣ ਜੀ ਜੀ ਇਹ 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 ਭਾਈ ਇਹ ਰਿਆਦ ਵੀ ਪਸੰਦ ਤੁਹਾਡੀ ਇੱਕ ਹੋ ਗਈ ਨਾ ਰਾ ਗਈ ਨਾ ਮੇ ਮੇਰੇ ਦਿਲ ਨੂੰ ਤਾਲਾ ਵਜਿਆ ਆ ਚਲੋ ਚਲੋ ਸੁਣਾ ਦੇਵਾਂ ਦੇ ਉੰਜ ਅਰਿਆਦ ਦੀ ਇੱਕ ਥੋੜੀ ਜੀ ਫਰਮਾਇਸ਼ ਸੀ ਮੈਂ ਕਿਹਾ ਕਿ ਰਬਾਈਆਂ ਆਈਏ ਤਾਂ ਪਰਾਂ ਦੇ ਚਲੋ ਅੱਜ ਹੀ ਬਾਦਸ਼ਾਹ ਨੇ ਉਹਨਾਂ ਦੀ ਪਸੰਦ ਹੈ ਵੀ ਉਹ ਇੱਕ ਸ਼ੇਰ ਸੀ ਵੀ ਦੇ ਰੱਬ ਸਾਈਆਂ ਡਿੱਠੇ ਕੰਮ ਤੇਰੇ ਵੇ ਰੱਬ ਸਾਈਆਂ ਡਿੱਠੇ ਕੰਮ ਤੇਰੇ ਔ ਸਾਡੀਆਂ ਰੋਜ਼ੀਆਂ ਦੂਰ ਖਲਾਰੀਆਂ ਨੀ

ਔਂ ਕੁੰਜਾਵਾਂ ਉਹ ਡਾਰੀਆਂ ਮਾਰੀਆਂ ਨੀ ਅਲੀ ਆਦਰਾ ਤੁਸੀਂ ਘਰਾਂ ਵਿੱਚ ਵਸੋ ਉਹ ਸਾਡੀਆਂ ਨਿਤ ਪਰਦੇਸ ਤਿਆਰੀਆਂ ਨੀ ਕਿਉਂਕਿ ਪਰਦੇਸ ਵਿੱਚ ਬੰਦੇ ਨੂੰ ਜਾ ਕੇ ਤੇ ਬਹੁਤ ਕੁਝ ਯਾਦ ਆਉਂਦਾ ਹੈ ਪੈਣਾ ਪਰਾ ਸਭ ਕੁਝ ਪਰ ਇਹ ਉਹਦੇ ਵਸਦੀ ਵੀ ਗੱਲ ਨਹੀਂ ਹੁੰਦੀ ਮਾਲਕ ਨੇ ਜਿੱਥੇ ਜਿੱਥੇ ਕਿਸ ਦੀ ਰੋਜ਼ੀ ਖਲਾਰੀ ਏ ਉਹ ਰੋਜ਼ੀ ਚੁਗਣੀ ਹੁੰਦੀ ਏ ਤੇ ਇੱਕ ਸ਼ੇਰ ਤੁਸਾਂ ਵੀ ਅੱਗੇ ਉਹਦਾ ਜ਼ਿਕਰਾ ਕੀਤਾ ਸੀ ਤੋਂ ਮਨ ਨੂੰ ਵੀ ਬਹੁਤ ਫਰਮਾਇਸ਼ ਆਉਂਦੀ ਏ ਅਸੀਂ ਦਾਸਕ ਦਿਲ ਦੇ ਲੋਕਾਂ ਔਰ ਸਾਦਾ ਦਿਲ ਨਾ ਯਾਰ ਦਿਖਾਇਆ ਕਰ ਨਾ ਝੂਠੇ ਵਾਅਦੇ ਕੀਤਾ ਕਰੋ ਔਰ ਨਾ ਝੂਠੀਆਂ ਕਸਮਾਂ ਖਾਇਆ ਕਰ ਨਾ ਅਜ਼ਮਾਇਆ ਕਰੋ ਤੇਰੀ ਯਾਦ ਦੇ ਵਿੱਚ ਮੈਂ ਮਰ ਜਾਸਾ ਉਹ ਮੈਨੂੰ ਇਹ ਨਾ ਯਾਦ ਨ ਆਇਆ ਕਰੋ ਅੱਲਾ ਪਾਕ ਨੇ ਜਿਸ ਵੇ ਸਰਕਾਰ ਦਾ ਆਪਣੇ ਨੂਰ ਚ ਨੂਰ ਬਣਾਇਆ ਤੇ ਸਭ ਤੋਂ ਪਹਿਲਾ ਉਹ ਹੀ ਬਣਾਇਆ ਸੁਭਾਨ ਅੱਲਾ ਸੁਭਾਨ ਅੱਲਾ ਸੁਭਾਨ ਅੱਲਾ ਉਹਦੂ ਕੋਈ ਸ਼ਾਇ ਨਹੀਂ ਸੀ ਅਵਲ ਵੀ ਹੋਣ ਤੇ ਆਖਰ ਵੀ ਹੋਣੇ ਤੇ ਸਰਕਾਰ ਮੀਆਂ ਮੁਹੰਮਦ ਸਾਹਿਬ ਕਾ ਖਾੜੀ ਸ਼ਰੀਫਾ ਲਿਖਦੇ ਨੇ ਆ ਨਾ ਕੁਰਸੀ ਨਾ ਲੌ ਕਲਮ ਸੀ ਤੇ ਨਾ ਸਨ ਚੰਨ ਸਤਾਰੇ ਉਹਦੂ ਵੀ ਉਹ ਨੂਰ ਨਬੀ ਦਾ ਤੇ ਦਿੰਦਾ ਸੀ ਲਿ ਸ਼ਕਾਰੇ ਸੁਭਾਨ ਅੱਲਾਹ ਤੇ ਜਿਹੜਾ ਪਿਆਰ ਦਾ ਸੋਨ ਬਕਰ ਲੋ ਮੇਰੇ ਨੂੰ ਜੰਦਰਾ ਵਜਿਆ ਸੁਭਾਨ ਅੱਲਾਹ ਇਹ ਦੱਸਦੇ ਨੇ ਵੀ ਪੀਰ ਬੁੱਲੇ ਸ਼ਾਹ ਜਿਸ ਵੇ ਬੈਤ ਹੋਇਆ ਨਾ ਸ਼ਾਨਾਦ ਦਾ ਤੇ ਇਹਨਾਂ ਨੂੰ ਦਾਦੀਓ ਪਰਦਾਦੀਓ ਬਿਸ਼ਾਰਤ ਹੋਈ ਬੁੱਲੇ ਸ਼ਾਹ ਨੂੰ ਵੀ ਤੂੰ ਕਬਰਾਣਾ ਨਹੀਂ ਰੋਜ਼ ਤੇਰੇ ਵਿਛਾਉਣੇ ਥੱਲੀਉ 8900 ਰੁਪਇਆ ਲੱਭੇ ਕਰੇਦਾ ਤੈਨੂੰ ਵਕਤ ਜੀ ਇਸ ਤਰ੍ਹਾਂ ਦੇ ਤਾਂ ਤੂੰ ਰੋਜ਼ੀ ਲੁਨੀ ਕ ਤੇ ਫੇਰ ਆ ਗਿਆ ਵੀ ਤੇਰਾ ਮੁਰਸ਼ਿਦ ਸ਼ਾਨਾਇਤ ਉਹਨੂੰ ਜਾ ਕੇ ਢੂੰਡ ਲਾਹੌਰ ਦੇ ਵਿੱਚ ਤੋ ਜੇ ਫੇਰ ਜਾਂਦੇ ਹਨ ਨਾ ਪਹਿ ਤੇ ਆਪੇ ਹੀ ਖਿਆਲ ਪੇ ਕਰਦੇ ਸਨ ਉਹਦੇ ਸੰਪੇ ਮੁਰਸ਼ਿਦ ਕਿਉਂ ਨਾ ਬਾਤ ਕਰੇ ਮਰੀਦ ਜਿਹੜੇ ਕੋ ਪੈਸਾ ਸ਼ਾਸ਼ਾ ਹੋਵੇ ਮੁਰਸ਼ਿਦ ਹੱਸ ਕੇ ਬਾਤ ਕਰ ਦੇ ਉਹ ਲਾਹੌਰ ਦੇ ਵਿੱਚ ਵੀ ਵੇਖਦੇ ਹਾਂ ਵੀ ਬੁੱਲਾ ਕੀ ਬਿਆਨਦਾ ਹੁੰਦਾ ਜੀ ਜੀ ਜਿਵੇਂ ਗਏ ਤੇ ਆਖਿਆ ਵੀ ਸਰਕਾਰ ਮੈਨੂੰ ਬਾਤ ਕਰ ਲਓ ਤੇ ਆਖਿਆ ਬਾਤ ਕਰ ਲੈਨੇ ਆ ਵੀ ਮੇਰੀ ਸ਼ਰਤ ਇੱਕ ਜੀ ਆ ਕੀ ਉਹਨਾਂ ਆਖਿਆ ਪੀ 500 ਰੁਪਏ ਨਗਦ ਜੀ ਤੇ 500 ਦੀ ਆ ਗੂਠੀ ਕਪੜੇ ਠੀਕ ਤੇ 500 ਦਾ ਇੱਕ ਹੋੜਾ ਇਹ 1500 ਰੁਪਇਆ ਲਿਆ ਤੈਨੂੰ ਬੈਦ ਕਰਾਂ ਦੇ ਤੇ ਸ਼ਾਮ ਤੋਂ ਪਹਿਲਾਂ ਪਹਿਲਾਂ ਲਿਆ ਮੈਂ ਤਾਂ ਠੀਕ ਸੋਚਣ ਲਾ ਪਿਆ ਅਖਲੇ ਵੀ ਇੰਨੀ ਤੇ ਜਾਂਦਾ ਆਦਮੀ ਵੇਚਿਆ ਨਹੀਂ ਬਣਦਾ ਜੀ ਹਾਂ ਜੀ ਉੱਠ ਕੇ ਟੁਰ ਕੇ ਦਰਿਆ ਦੇ ਕਿਨਾਰੇ ਤੇ ਜਾ ਕੇ ਰਾਵੀ ਤੇ ਬਹਿ ਕੇ ਇੱਕ ਰੁੱਖ ਸੀ ਉਹਦੀ ਛਾਂਵੇਂ ਬਹਿ ਕੇ ਤੇ ਸੋਚਣ ਲਾ ਪਿਆ ਕਿ ਕਿਹੋ ਜਿਹਾ ਹਾਲ ਹੋਵੇ ਇਹਨੇ ਜੀ ਡਿਗਰ ਹੋ ਗਈ ਜੀ ਆਖਿਆ ਟਾਈਮ ਵੀ ਥੋੜਾ ਰਹਿ ਗਿਆ ਤੇ ਕੰਮ ਮੇਰਾ ਨਹੀਂ ਹੋਣਾ ਨਾ ਮੇਰੇ ਕੋ ਪੈਸੇ ਬਣਨੇ ਨੇ ਨਾ ਮਰੀਦ ਹੋਣਾ ਕਰਨਾ ਤੇ ਉਹ ਸਵਾਰ ਇੱਕ ਆਇਆ ਬਜ਼ੁਰਗ ਸਫੇਦ ਕੱਪੜਿਆਂ ਵਿੱਚ ਬੜੀ ਖੂਬਸੂਰਤ ਸੂਰਤ ਉਹਨਾਂ ਆਪਣੇ ਅੱਗੇ ਘੜਣੀ ਰੱਖੀ ਠੀਕ ਉਹਦੇ ਵਿੱਚ ਉਹ ਕੱਪੜੇ ਵੀ ਜੀ ਜੇਵਰਾਤ ਵੀ ਸਹੀ 500 ਰੁਪਈਆ ਵੀ ਨਗਰ ਠੀਕ ਤੇ ਘੋੜਾ ਜਿਹੜਾ ਸੀ ਉਹ ਵੀ ਚੰਗਾ ਪੜਿਆ ਤਾਜ਼ਾ ਉਹਦੀ ਵੀ ਕੀਮਤ 500 ਰੁਪਈਆ ਸੀ ਅੱਛਾ ਉਹ ਤਾਂ ਅੱਗੇ ਬੱਚਿਓ ਖਿਆਲ ਰੱਖੀਆ ਮੇਰੀ ਗੱਠਰੀ ਵਾਲੇ ਘੋੜੇ ਵਾਲ ਮੈਂ ਨਾ ਲਾਂ ਕੱਪੜੇ ਲਾ ਕੇ ਦਰਿਆ ਦੇ ਵਿੱਚ ਛਾਲ ਮਾਰੀ ਤੇ ਗੁੰਮ ਹੋ ਗਏ ਉਹ ਬੰਦਾ ਘੰਟਾ ਬੇਦਰਿਆ ਦਰਿਆ ਵੀ ਉਹ ਬੰਦਾ ਤਾਂ ਕੋਈ ਨਹੀਂ ਨਿਕਿਆ ਬਾਹਰੋਂ ਤੇ ਮੈਂ ਵੇਖਿਆ ਗੱਠਰੀ ਦੇ ਵਿੱਚ ਕੀ ਹੈ ਵੇਖਿਆ ਖੋਲ ਕੇ ਤਾਂ 500 ਦਾ ਨੋਟ 500 ਰੁਪਈਆ ਵੀ अंगूठी ਕੱਪੜੇ ਘੋੜਾ ਕਿ ਭੜਿਆ ਸੁੱਤਰਿਆ ਸੀ ਆਖਿਆ ਵੇ ਕੋ ਮੇਰਾ ਹੀ ਸੁਭਾਅ ਲੱਗਣਾ ਸੀ ਉਹ ਲੈ ਕੇ ਜਿਸਵੇ ਸ਼ਾਹ ਨਾਇਦ ਕੋ ਆਏ ਤੋਂ ਮਰੀਜ਼ਾ ਜਿਸਵੇ ਵੇਖਿਆ ਤਾਂ ਆਖਿਆ ਵੀ ਆ ਚੋਰ ਹੈ ਕੋੜਾ ਸ਼ਾਹ ਨਾਇਦ ਦਾ ਖੋਲ ਕੇ ਲੈ ਗਿਆ ਠੀਕ ਕੋਈ ਜਿਸਵੇ ਮਰੀਦ ਨੇੜੇ ਹੋ ਤਾਂ ਆਖਿਆ ਨਹੀਂ ਛੱਡ ਦਿਓ ਹੌਣ ਦਿਓ ਜਿਸ ਵਗੇ ਦਾ ਹਬਲਿਆ ਆ ਗਿਆ ਇਹ ਜੀ ਆ ਗਿਆ ਉਹ ਖੋਲ ਕੇ ਸਾਰਾ ਕੁਝ ਅੱਗੇ ਦੱਸੇ ਧਰਿਆ ਉੱਥੇ ਮੀਆਂ ਮਮਸਾਬਾ ਦਾ ਸ਼ੇਰ ਲਾਇਆ ਕਿਹੜਾ ਔਰ ਕਲਬ ਮੇਰੇ ਨੂੰ ਜੰਦਰਾ ਵਜਿਆ ਤੇ ਕੁੰਜੀ ਸਾਈਆਂ ਹੱਥ ਤੇਰੇ ਔ ਨਾਮ ਖੁਦਾ ਦਾ ਇਲਾ ਛੱਡ ਜੰਦਰਾ ਤੇ ਨੋ ਲੱਗੇ ਤਨ ਮੇਰੇ ਤੇ ਫਿਰ ਸਰਕਾਰ ਆਖਿਆ ਓ ਜ਼ਾਤ ਦਾ ਨਾ ਮਾਨ ਕਰੀ ਤੂੰ ਤੇ ਕਦ ਛੱਡ ਦਿਲੋਂ ਪੁਲਖੇ ਓ ਬੁੱਲਾ ਵਰਗੇ ਘਰ ਕੰਜਰਾਂ ਦੇ ਆਸਾਂ ਸੌਦੇ ਤੋਂ ਦੇਖੇ ਸੁਭਾਨ ਅੱਲਾਹ ਸੁਭਾਨ ਅੱਲਾਹ ਸੁਭਾਨ ਅੱਲਾਹ ਕੋ ਸ਼ਿਰਕ ਰਹਿ ਗਿਆ ਜਿਸ ਕਰ ਵਿੱਚ ਆਉਣਾ ਨਹੀਂ ਰਹਾ ਨਹੀਂ ਲਗਾ ਤੁਸੀਂ ਨਹੀਂ ਉਸ ਤੋਂ ਬਾਅਦ ਫਿਰ ਤੁਸੀਂ ਜਿਹੜੀ ਆਪਣੀ ਸਿਰਫ ਦਿਲ ਦੀ ਖਾਹਸ਼ ਉਹ ਪੂਰੀ ਕਰਕੇ ਦੱਸਿਓ ਭਾਈ ਰਜ਼ਾਕ ਭਾਈ ਰਜ਼ਾਕ ਦੀ ਵੀ ਹੋਈ ਫਰਮਾਇਸ਼ ਹੁੰਦਾ ਵੀ ਮੈਨੂੰ ਵੀ ਉਹ ਸ਼ੇਰ ਬਹੁਤ ਪਿਆਰਾ ਲੱਗਦਾ ਹੈ ਤੇ ਮੈਂ ਕਿਹਾ ਚਲੋ ਫਿਰ ਤੁਹਾਡੀ ਤੇ ਆਪੇ ਵਿੱਚ ਫਿਰ ਰੜ ਗਈ ਨਾ ਗੱਲ ਗੱਲ ਬਾਤ ਤੇ ਨਾਲੇ ਕੋਈ ਚੰਗੀਆਂ ਚੀਜ਼ ਗੱਲਾਂ ਜਿਹੜੀਆਂ ਨੇ ਉਹ ਬੰਦ ਨੂੰ ਪਸੰਦ ਆਉਂਦੀਆਂ ਨੇ ਨਾ ਤਾਂ ਜਿਸਕਾਰ ਵਿੱਚ ਆਮਣ ਜਾਵਣ ਆਦੇ ਉਹ ਲੋ ਤੇ ਜ਼ਵੀਆਂ ਵਾਗ ਭਰਾਵਾ ਖਾਨ ਕਾਬਾ ਵਾਂਗੂ ਤਕੀਏ ਤੇ ਰੱਖੀਏ ਸਾਫ਼ ਨਿਗਾਵਾਂ ਉਹ ਆਹਦੇ ਨਾ ਬਿਨ ਨਜ਼ਰ ਤੇ ਛੀ ਕੀਤੀ ਤੇ ਕਸਾਬ ਬਣ ਗਈ ਨਜ਼ਰ ਨੀਚੀ ਕੀਤੀ ਤੇ ਹਯਾਬ ਬਣ ਗਈ ਨਜ਼ਰ ਉੱਚੀ ਕੀਤੀ ਤੇ ਆਦਾ ਬਣ ਗਈ ਇਹ ਨਜ਼ਰ ਦੇ ਸਾਰੇ ਕਮਾਲ ਨੇ ਜੇ ਨਜ਼ਰ ਸਾਫ਼ ਰੱਖੀਏ ਅਗਲੇ ਦੀ ਧੀ ਪੈਣ ਨੂੰ ਆਪਣੀ ਧੀ ਪੈਣ ਸਮਝੀਏ ਤੇ ਉੱਥੇ ਗੁਜ਼ਾਰੇ ਪੇ ਚੱਲਦੇ ਨੇ ਬੰਦਾ ਠੀਕ ਰਹਿੰਦਾ ਤੇ ਫਿਰ ਅੱਗੇ ਮੀਆਂ ਸਾਹਿਬ ਅਜ ਲਿਖਦੇ ਨੇ ਓ ਜੜੀ ਯਾਰੀ ਵਿੱਚ ਲਾਲਚ ਆਵੇ ਉਹ ਕਦੇ ਤੋੜ ਨਹੀਂ ਜਾਂਦੀ ਓ ਚਾਦਰ ਲੀਰੋ ਲੀਰ ਮੋਮਦਾ ਜਿਹੜੀ ਜਾ ਵੀ ਹੋਵੇ ਤੇ ਬਸ ਪਾਕ ਸਾਫ ਹੋਵੇ ਲਾਲਚ ਨਾ ਵਿੱਚ ਹੋਵੇ ਇਹ ਜਦੋਂ ਬੰਦਾ ਖਰਾਬ ਹੁੰਦਾ ਲਾਲਚ ਹੋਵੇਖੋ ਜੀ ਇਹ ਤਬਲੀਗ ਹੈ ਨਾ ਮੀਆਂ ਸਾਹਿਬ ਬਰਾਨੇ ਕੀਤੀ ਹੈ ਤਬਲੀਗ ਕੀਤੀ ਹੈ ਨਾ ਜਿੱਥੇ ਲਾਲਚ ਆ ਗਿਆ ਉੱਥੇ ਤਾਂ ਫਿਰ ਕਹਾਣੀ ਮੁੱਕ ਗਈ ਕਹਾਣੀ ਮੁੱਕ ਗਈ ਤਾਂ ਜੋਗ ਜਨਾ ਦੀ ਮੋਤੀ ਆਵੇ ਉਹ ਨਹੀਂ ਚੁਗਦੇ ਦਾਣੇ ਸ਼ਾਦਾ ਉਹ ਕੰਬਲਾ ਵੀ ਹੋਣ ਸਿਆਣੇ ਕਾਮਲ ਬਲੀ ਮੁਰਸ਼ਦ ਹੋਵੇ ਤੇ ਉਹਦੀ ਨਜ਼ਰ ਹੋਵੇ ਤੇ ਉਹ ਕੰਬਲੇ ਵੀ ਸਿਆਣੇ ਹੋ ਜਾਂਦੇ ਉਹ ਕਿਸੇ ਦਾ ਬੰਦਾ ਹੋਵੇ ਤਾਂ ਨਾ ਕਿਸੇ ਦਾ ਬਣੋ ਤਾਂ ਕਿਸੇ ਦਾ ਬਣੀ ਤਾਂ ਬੜਨ ਬੜਾ ਔਖਾ ਮੂਹ ਤਾਂ ਆਖਰੀ ਦਾ ਬਣਨਾ ਬਿਲਕੁਲ ਇਹ ਬੈਤ ਹੋਣਾ ਬੈ ਹੋ ਜਾਂਦਾ ਬੰਦਾ ਉਹਦੀ ਮਰਜ਼ੀ ਦਾ ਬੰਦਾ ਚੱਲੇ ਤਾਂ ਤੇ ਇੱਥੇ ਜੇ ਖਲੋਣ ਬੜਾ ਔਖਾ ਹੁੰਦਾ ਔਖਾ ਜੀ ਤੇ ਬਹੁਤੀ ਖੁਸ਼ੀ ਗਮੀ ਬਰਾਬਰ ਇਸ ਵਿੱਚ ਸ਼ੱਕ ਨਾ ਜਾਣੀ ਔਰ ਸੁਖ ਜਾਂਦੇ ਰੱਖ ਮੁਹੰਮਦਾ ਔਰ ਜਿਨ੍ਹਾਂ ਨੂੰ ਬਹੁਤਾ ਪਾਣੀ ਸੁਭਾਨ ਅੱਲਾ ਸੁਹਣੀ ਸੁਭਾਨ ਸਰ ਬੰਦੇ ਨੂੰ ਕਰ ਦਿੰਦੀ ਆ ਉਹ ਦੋ ਜਗ ਦੇ ਵਿੱਚ ਆਲਾ ਕਸਤੂਰੀ ਦਾ ਕਦਰ ਕੀ ਜਾਣੇ ਤੇ ਕੋਲੇ ਵੇਚਣ ਵਾਲਾ ਜਗੇ ਸਰਕਾਰ ਲਿਖਦੇ ਨੇ ਉਹ ਜਿਹੜੀ ਰੰਗ ਨਾ ਦੇਵੇ ਉਸ ਮਹਿੰਦੀ ਦਾ ਕੀ ਲਾਣਾ ਜਿੱਥੇ ਗਿਆ ਦੀ ਕਦਰ ਨਾ ਹੋਵੇ ਤੇ ਲੈਣ ਉਥੇ ਕੀ ਜਾਣਾ ਜਿੱਥੇ ਵਖੋ ਜੀ ਜਾਈਏ ਕੋ ਪਿਆਰ ਨਾ ਲੱਭੇ ਉਹ ਤੇ ਉਥੇ ਫੇ ਕੀ ਫਾਇਦਾ ਜਾਣਦਾ ਬਿਲਕੁਲ ਸਹੀ ਗੱਲ ਬਿਲਕੁਲ ਸਹੀ ते तू साब मैं चूड़ा तेरा ते मैदना तू आ फजल तेरे तू सद जावा ते तू है मेरा हार खुआला ते बेटे आबद नू बड़ा शेर पसंद सी ਓ ਲੂ ਲੂ ਦੇ ਵਿੱਚ ਤੂੰ ਐ ਤੂੰ ਐ ਐ ਜਨ ਵੀ ਤੇਰਾ ਖਾਨਾ ਓ ਜਿਸ ਦਿਨ ਦਾ ਤੂੰ ਮਿਲ ਆਏ ਬੈਲੀ ਤੇ ਮੈਂ ਕਿਤਾਏ ਲੱਖ ਸ਼ੁਕਰਾਨਾ ਇਹ ਸੇਠ ਅੱਲਾ ਦਿੱਤਾ ਅਖਤਰ ਕਰਨਾਣੇ ਤੋਂ ਮਕਸੂਦ ਸਾਹਿਬ ਸਨ ਜ਼ੈਦ ਇਮਰਾਨ ਦੇ ਮਾਮੂ ਉਹਦੇ ਵਾਲ ਸਾਹਿਬ ਵੀ ਆਏ ਸਨ ਪਤਾ ਹੀ ਤੋ ਜ਼ੈਦ ਦੀ ਵੀ ਇਹੀ ਫਰਮਾਇਸ਼ ਸੀ ਹੋਰ ਵੀ ਕਾਫੀ ਦੋਸਤਾਂ ਦੀ ਫਰਮਾਇਸ਼ ਸੀ ਤੇ ਉਹ ਮੀਆਂ ਸਾਹਿਬ ਅਲੀ ਲਿਖਦੇ ਨੇ ਆ ਤੂੰ ਬੇਲੀ ਤੇ ਸਭ ਜਗ ਬੇਲੀ ਤੇ ਅਨ ਬੇਲੀ ਵੀ ਬੇਲੀ ਸੁੰਜੀ ਦੇਸ ਦੀ ਆ ਵੈਲੀ ਸਜਣਾ ਨਾਲ ਬਾਹਰ ਹੁੰਦੀ ਜਾਂਦੀ ਸਜਣਾ ਨਾਲ ਬਾਹਰ ਬਿਲਕੁਲ ਸਜਣਾ ਦੇ ਬਾਅਦ ਤਾਂ ਜਾੜ ਹੀ ਦਿਸਦਾ ਨਾ ਬਾਦ ਬਹਾਰਾਂ ਤੇ ਗੁਲਜ਼ਾਰਾਂ ਤੇ ਬਿਨ ਯਾਰਾਂ ਕਿਸ ਕਾਰੀ ਯਾਰਾਂ ਮਿਲਣ ਦੁਖ ਜਾਣ ਆਜ਼ਾਰਾਂ ਤੇ ਮੈਂ ਸ਼ੁਕਰ ਕਰਾਂ ਲੱਖ ਵਾਰੀ ਸੁਭਾਨ ਅੱਲਾਹ ਜੀ ਤੇ ਸਰਕਾਰ ਫਰਮਾਉਂਦੇ ਨੇ ਓ ਪਰਲਾ ਕੁੜੀਆਂ ਲੋਏ ਲੋਏ ਤੇ ਜੇ ਪੰਡਾ ਦੁੱਧ ਭਰਨਾ ਸ਼ਾਮ ਪਈ ਬੇਨਸ਼ਾਮ ਮੁਹੰਮਦ ਉਹ ਘਰ ਜਾਂਦੀ ਨੇ ਡਰਨਾ ਕੁਝ ਪੱਲੇ ਅਮਲ ਹੋਣ ਦੇ ਤੇ ਕਰਨੀ ਸੁ ਲੱਗਣ